22-23 ਦੀ ਗੱਲ ਕੀਤੀ ਗਈ ਹੈ, ਉਸ ਦੇ ਵਿੱਚ ਜੋ ਪੈਂਡਿੰਗ ਅਮਾਊਂਟ ਦੱਸੀ ਗਈ ਹੈ ਉਹਦੇ ਵਿੱਚ ਕੁਝ ਵਿਦਿਆਰਥੀ ਤਕਰੀਬਨ 20,000 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਡ ਨਹੀਂ ਹੋਏ ਸੀ, ਕਿਉਂਕਿ ਕੁਝ ਫਾਰਮੈਲਿਟੀਜ਼ ਜ਼ਰੂਰੀ ਹੁੰਦੀਆਂ ਨੇ ਸਕਾਲਰਸ਼ਿਪ ਦੇ ਲਈ। ਇਸੇ ਤਰ੍ਹਾਂ 23-24 ਦੌਰਾਨ 17,500 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਡ ਨਹੀਂ ਹੋਏ ਸੀ। ਉਸ ਤੋਂ ਬਿਨਾਂ ਜਿਹੜੀ ਅਸੀਂ 2023-24 ਲਈ 611 ਕਰੋੜ ਦੀ ਗੱਲ ਕੀਤੀ ਹੈ, ਉਸ ਦੇ ਵਿੱਚ 366 ਕਰੋੜ ਰੁਪਈਆ ਜਿਹੜਾ ਐਡ ਕੀਤਾ ਸੀ, ਉਹ ਜਿਹੜੀ ਪਹਿਲਾਂ ਰਹਿੰਦੀ ਬਕਾਇਆ ਰਾਸ਼ੀ 17-20 ਦੇ ਦੌਰਾਨ, 2017-20 ਦੇ ਦੌਰਾਨ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ ਔਰ ਉਸ ਦੇ ਜੋ ਵੀ ਰੀਜ਼ਨ ਬਣੇ ਉਹ ਪੈਂਡਿੰਗ ਰਹੀ ਸੈਂਟਰ ਵੱਲੋਂ ਵੀ ਔਰ ਸਟੇਟ ਵੱਲੋਂ ਵੀ। ਪਰ ਸਾਡੀ ਸਰਕਾਰ ਨੇ 2017-20 ਦੌਰਾਨ ਵੀ ਜੋ 40% ਬਕਾਇਆ ਰਾਸ਼ੀ ਬਣਦੀ ਸੀ 366 ਕਰੋੜ ਉਹ ਬੱਚਿਆਂ ਦੇ ਖਾਤਿਆਂ ਦੇ ਵਿੱਚ ਪਾਈ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਵੱਲੋਂ ਕਿਤੇ ਵੀ ਕੋਈ ਅਣਗਹਿਲੀ ਵਰਤੀ ਗਈ ਹੈ। ਅਸੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਬੱਚੇ ਇਸ ਲਾਭ ਤੋਂ ਵਾਂਝੇ ਰਹੇ ਉਹਨਾਂ ਨੂੰ ਵੀ ਇਹ ਲਾਭ ਦੇਣ ਜਾ ਰਹੇ ਹਾਂ ਔਰ 991 ਕਾਲਜ ਨੇ ਜਿਨ੍ਹਾਂ ਨੂੰ ਅਸੀਂ 17-20 ਦੌਰਾਨ ਜੋ ਪੈਂਡਿੰਗ ਪਏ ਸੀ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਅਸੀਂ ਇਸ ਸਾਲ ਦੌਰਾਨ ਦਿੱਤੀ ਹੈ। ਇਸੇ ਤਰ੍ਹਾਂ 2024-25 ਦੌਰਾਨ ਵੀ ਅਸੀਂ 2,60,000 ਬੱਚਿਆਂ ਦਾ ਜਿਹੜਾ ਟੀਚਾ ਮਿਥਿਆ ਹੋਇਆ ਕਿ ਇੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ ਔਰ ਕਿੰਨੇ ਬੱਚੇ ਅਪਲਾਈ ਕਰਦੇ ਆ ਪੋਰਟਲ ਦੇ ਉੱਪਰ, ਉਸ ਤੋਂ ਬਾਅਦ ਇਹ ਪੈਸਾ ਜਿਹੜਾ ਉਹਨਾਂ ਦੇ ਖਾਤਿਆਂ 'ਚ ਚਲਾ ਜਾਏਗਾ। ਥੈਂਕ ਯੂ ਡਾਕਟਰ ਬਲਜੀਤ ਕੌਰ ਜੀ, ਸਮਾਜਿਕ ਨਿਆਂ ਮੰਤਰੀ, ਮਾਣਯੋਗ ਸਮਾਜਿਕ ਨਿਆਂ ਮੰਤਰੀ। ਆਨਰੇਬਲ ਸਪੀਕਰ ਸਾਹਿਬ, ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮੈਂਬਰ ਸਾਹਿਬ ਨੂੰ ਦੱਸਣਾ ਚਾਹਾਂਗੀ। ਮੇਰਾ ਖਿਆਲ ਜਵਾਬ ਤਾਂ ਚਲਾ ਗਿਆ ਹੋਣਾ ਸਰ, ਕੋਈ ਸਪਲੀਮੈਂਟਰੀ ਹੈ ਤਾਂ ਜਵਾਬ ਤਾਂ ਰਿਟਰਨ ਆ ਗਿਆ ਹੋਵੇਗਾ ਤੁਹਾਨੂੰ। ਠੀਕ ਜੀ, ਸਪੀਕਰ ਸਾਹਿਬ, ਮੈਂ ਆਪ ਦੇ ਮਾਧਿਅਮ ਰਾਹੀਂ ਮੈਡਮ ਨੂੰ ਦੱਸਣਾ ਚਾਹੁੰਦਾ ਹਾਂ, ਪੁੱਛ ਲਓ ਬਈ ਸਾਲ ਪਹਿਲਾਂ ਮੈਂ ਦੱਸਣਾ ਜੀ ਫਿਰ ਪੁੱਛਣਾ, ਚਲੋ ਮੇਰੀ ਬੇਨਤੀ ਹੈ। ਇਸ ਸਾਲ 2023-24 ਦੇ ਵਿੱਚ 240 ਕਰੋੜ ਰੁਪਈਆ ਦਾ ਵਜ਼ੀਫਾ ਦੇਣਾ ਸੀ, ਜਿਹਦੇ ਅਗੇਂਸਟ 202 ਕਰੋੜ ਰੁਪਈਆ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਤੇ 37 ਕਰੋੜ ਰੁਪਈਆ ਬਕਾਇਆ 2023-24-22-23 ਔਰ ਸੈਂਟਰ ਸਰਕਾਰ ਨੇ ਦੇਣਾ ਸੀ 360 ਕਰੋੜ ਰੁਪਈਆ ਔਰ ਉਹਦੇ ਵਿੱਚ 308 ਕਰੋੜ ਦੇਤਾ ਅਤੇ 55 ਕਰੋੜ ਰੁਪਈਆ ਸੈਂਟਰ ਸਰਕਾਰ ਨੇ ਦੇਣਾ। ਇੱਦਾਂ ਹੀ ਜੀ 23-24 ਦੇ ਵਿੱਚ 600 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਦੇਣਾ ਸੀ ਔਰ ਉਹਦੇ ਵਿੱਚੋਂ 303 ਕਰੋੜ ਰੁਪਈਆ ਦਿੱਤਾ ਅਤੇ ਸੈਂਟਰ ਸਰਕਾਰ ਨੇ 916 ਕਰੋੜ ਰੁਪਈਆ ਦੇਣਾ ਸੀ ਅਤੇ ਉਹ 309 ਕਰੋੜ ਰੁਪਈਆ ਸੈਂਟਰ ਨੇ ਦਿੱਤਾ ਅਤੇ 607 ਕਰੋੜ ਰੁਪਈਆ ਬਕਾਇਆ। ਸੈਂਟਰ ਆ ਜਿਹੜਾ ਸਰਕਾਰ ਆ ਜਿਹੜੀ ਉਹ 60% ਦਿੰਦੀ ਆ ਅਤੇ ਸਟੇਟ ਸਰਕਾਰ 40% ਦਿੰਦੀ ਆ ਅਤੇ ਉਸ ਰੇਸ਼ੋ ਨਾਲ ਸੈਂਟਰ ਸਰਕਾਰ ਨੇ 60-40 ਦੀ ਰੇਸ਼ੋ ਨਾਲ ਆਪਣਾ ਪੂਰਾ ਜਿਹੜਾ ਹਿੱਸਾ ਇਹ ਕਰਤਾ। ਲੇਕਿਨ ਬਕਾਇਆ ਜਿਹੜਾ ਉਹ 22-23 ਦਾ 95 ਕਰੋੜ ਰੁਪਈਆ ਰਹਿੰਦਾ ਅਤੇ 23-24 ਦਾ ਜਿਹੜਾ ਰਹਿੰਦਾ ਉਹ 910 ਕਰੋੜ ਰੁਪਈਆ ਰਹਿੰਦਾ ਔਰ 24-25 ਦਾ ਵੀ ਮੇਰਾ ਖਿਆਲ ਹੈ ਵੀ 6 ਮਹੀਨੇ ਲੰਘ ਚੁੱਕੇ ਨੇ, ਉਹਦਾ ਅਜੇ ਕੁਛ ਨਹੀਂ ਪਤਾ ਵੀ ਕੁਝ ਦਿੱਤਾ ਕਿ ਨਹੀਂ ਦਿੱਤਾ। ਜਦੋਂ ਵਜ਼ੀਫਾ ਇੰਨਾ ਲੇਟ ਜਾਊਗਾ ਤਾਂ ਮੈਂ ਇਹ ਸਮਝਦਾ ਫਿਰ ਬੱਚੇ ਪੜ੍ਹਾਈ ਕਿੱਦਾਂ ਕਰਨਗੇ, ਕਿਉਂਕਿ ਸਕੂਲ ਦੇ ਵਿੱਚ ਫੀਸ ਵੀ ਮੰਗਦੇ ਨੇ ਜਾਂ ਫਿਰ ਜੋ ਪੜ੍ਹਾਈ ਵਾਸਤੇ ਜਦੋਂ ਫੀਸ ਮੰਗਦੇ ਤਾਂ ਬੱਚਿਆਂ ਦੇ ਮਾਂ ਪਿਓ ਨੂੰ ਸਵਾਲ ਪੁੱਛ ਕੇ ਫੀਸ ਦੇਣੀ ਪੈਂਦੀ ਆ। ਸੋ ਮੇਰੀ ਬੇਨਤੀ ਇਹ ਹੈ ਵੀ ਮੰਤਰੀ ਸਾਹਿਬਾਨ ਨੂੰ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਵੀ ਇਹ ਪੈਸਾ ਜਿਹੜਾ ਇਹ ਕਦੋਂ ਤੱਕ ਦੇ ਦਿੱਤਾ ਜਾਊਗਾ। ਮੰਤਰੀ ਜੀ। ਸਪੀਕਰ ਸਾਹਿਬ, ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂਗੀ ਕਿ ਜੋ 2022-23 ਦੀ ਗੱਲ ਕੀਤੀ ਗਈ ਹੈ ਉਸ ਦੇ ਵਿੱਚ ਜੋ ਪੈਂਡਿੰਗ ਅਮਾਊਂਟ ਦੱਸੀ ਗਈ ਹੈ ਉਹਦੇ ਵਿੱਚ ਕੁਝ ਵਿਦਿਆਰਥੀ ਤਕਰੀਬਨ 20,000 ਵਿਦਿਆਰਥੀ
ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਡ ਨਹੀਂ ਹੋਏ ਸੀ, ਕਿਉਂਕਿ ਕੁਛ ਫਾਰਮੈਲਿਟੀਜ਼ ਜ਼ਰੂਰੀ ਹੁੰਦੀਆਂ ਨੇ ਸਕੋਲਰਸ਼ਿਪ ਦੇ ਲਈ। ਇਸੇ ਤਰ੍ਹਾਂ 23-24 ਦੌਰਾਨ 17,500 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਡ ਨਹੀਂ ਹੋਏ ਸੀ। ਉਸ ਤੋਂ ਬਿਨਾਂ ਜਿਹੜੀ ਅਸੀਂ 2023-24 ਲਈ 611 ਕਰੋੜ ਦੀ ਗੱਲ ਕੀਤੀ ਹੈ, ਉਸ ਦੇ ਵਿੱਚ 366 ਕਰੋੜ ਰੁਪਈਆ ਜਿਹੜਾ ਐਡ ਕੀਤਾ ਸੀ, ਉਹ ਜਿਹੜੀ ਪਹਿਲਾਂ ਰਹਿੰਦੀ ਬਕਾਇਆ ਰਾਸ਼ੀ 17-20 ਦੇ ਦੌਰਾਨ, 2017-20 ਦੇ ਦੌਰਾਨ SC ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ, ਔਰ ਉਸ ਦੇ ਜੋ ਵੀ ਰੀਜ਼ਨ ਬਣੇ ਉਹ ਪੈਂਡਿੰਗ ਰਹੀ ਸੈਂਟਰ ਵੱਲੋਂ ਵੀ ਔਰ ਸਟੇਟ ਵੱਲੋਂ ਵੀ। ਪਰ ਸਾਡੀ ਸਰਕਾਰ ਨੇ 2017-20 ਦੌਰਾਨ ਵੀ ਜੋ 40% ਬਕਾਇਆ ਰਾਸ਼ੀ ਬਣਦੀ ਸੀ, 366 ਕਰੋੜ, ਉਹ ਬੱਚਿਆਂ ਦੇ ਖਾਤਿਆਂ ਦੇ ਵਿੱਚ ਪਾਈ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਵੱਲੋਂ ਕਿਤੇ ਵੀ ਕੋਈ ਅਣਗਹਿਲੀ ਵਰਤੀ ਗਈ ਹੈ। ਅਸੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਬੱਚੇ ਇਸ ਲਾਭ ਤੋਂ ਵਾਂਝੇ ਰਹੇ ਉਹਨਾਂ ਨੂੰ ਵੀ ਇਹ ਲਾਭ ਦੇਣ ਜਾ ਰਹੇ ਹਾਂ, ਔਰ 991 ਕਾਲਜ ਨੇ ਜਿਨ੍ਹਾਂ ਨੂੰ ਅਸੀਂ 17-20 ਦੌਰਾਨ ਜੋ ਪੈਂਡਿੰਗ ਪਏ ਸੀ, ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ, ਉਹਨਾਂ ਨੂੰ ਅਸੀਂ ਇਸ ਸਾਲ ਦੌਰਾਨ ਦਿੱਤੀ ਹੈ। ਇਸੇ ਤਰ੍ਹਾਂ 2024-25 ਦੌਰਾਨ ਵੀ ਅਸੀਂ 260,000 ਬੱਚਿਆਂ ਦਾ ਜਿਹੜਾ ਟੀਚਾ ਮਿਥਿਆ ਹੋਇਆ ਕਿ ਇੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ, ਔਰ ਕਿੰਨੇ ਬੱਚੇ ਅਪਲਾਈ ਕਰਦੇ ਆ ਪੋਰਟਲ ਦੇ ਉੱਪਰ, ਉਸ ਤੋਂ ਬਾਅਦ ਇਹ ਪੈਸਾ ਜਿਹੜਾ ਉਹਨਾਂ ਦੇ ਖਾਤਿਆਂ 'ਚ ਚਲਾ ਜਾਏਗਾ। ਥੈਂਕ ਯੂ। ਸਰਦਾਰ ਗੁਲਾਮ ਸਿੰਘ ਜੀ, ਮੇਰਾ ਸਵਾਲ ਇਹ ਸੀ ਸਪੀਕਰ ਸਾਹਿਬ ਵੀ ਬਕਾਇਆ ਰਾਸ਼ੀ ਕਦੋਂ ਦਿੱਤੀ ਜਾਊਗੀ? ਆਪਾਂ ਦੇ ਕੀ ਰਹੇ ਹਾਂ, ਕਿੰਨੇ ਨੂੰ ਦੇ ਰਹੇ ਹਾਂ, ਕਦੋਂ ਦੇਣਾ ਹੈ ਉਹ ਅਲੱਗ ਗੱਲ ਹੈ, ਜਿਹੜੀ ਰਾਸ਼ੀ ਦੇਣ ਵਾਲੀ ਰਹਿੰਦੀ ਆ ਉਹ ਕਦੋਂ ਤੱਕ ਦੇ ਦਿੱਤੀ ਜਾਊਗੀ? ਮੰਤਰੀ ਸਾਹਿਬ ਨੇ ਮੇਰੀ ਬੇਨਤੀ ਹੈ ਵੀ ਉਹ ਮੇਰੀ ਤਸਲੀ ਕਰਾ ਦੇਣ ਵੀ ਕਦੋਂ ਤੱਕ ਜਾਰੀ ਕਰ ਦਿੱਤੀ ਜਾਊਗੀ। ਜੀ ਮੰਤਰੀ ਜੀ, ਮੈਂ ਦੱਸਣਾ ਚਾਹਾਂਗੀ ਕਿ ਬਕਾਇਆ ਰਾਸ਼ੀ ਜਿਹੜੀ ਹੈ ਉਹ 17-20 ਦੌਰਾਨ ਜੋ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਗਈ ਉਹਨਾਂ ਕਾਲਜਾਂ ਦੀ ਹੀ ਬਕਾਇਆ ਰਾਸ਼ੀ ਹੈ, ਔਰ ਉਹਦੇ ਵਿੱਚ ਅਸੀਂ ਜੋ 92 ਕਰੋੜ ਦੀ ਹੋਰ ਡਿਮਾਂਡ ਜਿਹੜੀ ਅਸੀਂ ਫਾਈਨਾਂਸ ਡਿਪਾਰਟਮੈਂਟ ਕੋਲ ਕੀਤੀ ਹੋਈ ਹੈ ਜੋ ਅਸੀਂ ਸਰਕਾਰੀ ਕਾਲਜਾਂ ਨੂੰ ਦੇਣੀ ਹੈ, ਸੋ ਇਹ ਅੰਡਰ ਕੰਸੀਡਰੇਸ਼ਨ ਹੈ ਔਰ ਜਲਦੀ ਹੀ ਅਸੀਂ ਇਹ ਪੈਸਾ ਵੀ ਦੇ ਦੇਵਾਂਗੇ। ਥੈਂਕ ਯੂ। ਠੀਕ ਹੈ ਜੀ। ਸਰਦਾਰ ਕਰਮਵੀਰ ਸਿੰਘ, ਸਵਾਲ ਨੰਬਰ 1241। ਸਰਦਾਰ ਲਾਲਜੀਤ ਸਿੰਘ ਭੁੱਲਰ, ਮਾਣਯੋਗ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ। ਮਾਣਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਦਾ ਕਮਾਈ ਦੇਵੀ ਅਤੇ ਤਲਵਾੜਾ ਬੱਸ ਸਟੈਂਡ ਜਿਹੜੇ ਆ ਇਹ ਅਜੇ ਤਜਵੀਜ਼ ਦੇ ਅਧੀਨ ਨੀਗੇ। ਪਿਛਲੀ ਗੌਰਮੈਂਟ ਦੇ ਵੇਲੇ 400 ਕਰੋੜ ਦਾ ਲੋਨ ਲਿਆ ਗਿਆ ਸੀ, ਉਹਦੇ 'ਚ 27 ਬੱਸ ਸਟੈਂਡ 'ਤੇ ਵਰਕਸ਼ਾਪਾਂ ਸਨ ਜਿਹਦੇ 47.71 ਕਰੋੜ ਰੁਪਏ 400 ਕਰੋੜ ਦੀ ਲੋਨ ਰਾਸ਼ੀ 'ਚੋਂ ਵਰਤੇ ਸੀ। ਜਿਹੜੇ ਕੰਮ ਸ਼ੁਰੂ ਹੋਏ ਸਨ ਉਹ 27 ਬੱਸ ਸਟੈਂਡ 'ਤੇ ਵਰਕਸ਼ਾਪਾਂ ਸਾਰੇ ਕੰਪਲੀਟ ਕਰਤੇ ਆ ਜਾਂ ਜਿਨ੍ਹਾਂ ਦਾ ਕੰਮ ਚੱਲਦਾ ਪਿਆ। ਇਹ ਸਾਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਆਪਾਂ ਫਾਈਨਾਂਸ 'ਚੋਂ ਤੁਹਾਨੂੰ ਪੈਸੇ ਦਵਾਵਾਂਗੇ, ਆਪਾਂ ਲੋਨ ਦੀ ਰਕਮ ਨਹੀਂ ਵਰਤਣੀ। ਮਾਨਯੋਗ ਸਾਡੇ ਫਾਈਨਾਂਸ ਮਿਨਿਸਟਰ ਬ੍ਰਿਸ਼ਟੀ ਹਰਪਾਲ ਚੀਮਾ ਜੀ, ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬੱਸ ਸਟੈਂਡਾਂ ਲਈ ਵਰਕਸ਼ਾਪਾਂ ਲਈ ਜਿਨ੍ਹਾਂ ਦੀ ਹਾਲਤ ਖਰਾਬ ਆ ਉਹਨਾਂ ਵਾਸਤੇ ਰਾਸ਼ੀ ਦੇਣ, ਅਤੇ ਫਿਰ ਮਾਨਯੋਗ ਮੈਂਬਰ ਸਾਹਿਬ ਦਾ ਬੱਸ ਸਟੈਂਡ ਵੀ ਉਹਦੇ ਵਿੱਚ ਪਾ ਲਿਆ ਜਾਵੇਗਾ ਜੀ। ਚੀਮਾ ਜੀ ਨੂੰ ਬਣਾਉਣਾ ਔਖਾ, ਪਰ ਤੁਸੀਂ ਬਣਾ ਲਓਗੇ? ਚੀਮਾ ਸਾਹਿਬ ਤੋਂ ਲੈਣੇ ਆ ਜੀ ਪੈਸੇ। ਥੈਂਕ ਯੂ ਧੰਨਵਾਦ ਜੀ। ਹਾਂਜੀ ਕਰਮਵੀਰ ਜੀ, ਮੈਂ ਜੀ ਪਿਛਲੇ ਸੈਸ਼ਨ ਦੇ ਦੌਰਾਨ ਵੀ ਸਵਾਲ ਕੀਤਾ ਸੀਗਾ, ਇਹ ਉਦੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਸੀਗਾ ਕਿ ਜਲਦੀ ਇਹਦਾ ਜਿਹੜਾ ਕੰਮ ਆ ਸ਼ੁਰੂ ਕਰ ਦਿੱਤਾ ਜਾਵੇਗਾ, ਪਰ ਅਜੇ ਤੱਕ ਉਹਦਾ ਕੋਈ ਕੰਮ ਸ਼ੁਰੂ ਨਹੀਂ ਹੋਇਆ, ਔਰ ਮੀਂਹ ਪੱਥਰ ਉਦਾਂ ਦੇ ਉਦਾਂ ਹੀ ਆ ਕਾਂਗਰਸ ਵਾਲਿਆਂ ਦੇ ਪਏ ਹੋਏ, ਇੱਕ ਨੂੰ ਇੱਕ ਦੇ ਭੰਗ ਦੇ ਵਿੱਚ ਲਾਇਆ ਹੋਇਆ ਚੋਅ ਦੇ ਵਿੱਚ, ਔਰ ਦੂਸਰਾ ਜਿਹੜਾ ਬੱਸ ਸਟੈਂਡ ਤਲਵਾੜੇ ਦੇ ਉੱਤੇ ਲਾਇਆ ਗਿਆ ਉਹ ਬਿਲਡਿੰਗ ਡਿੱਗਣ ਵਾਲੀ ਆ। ਮੈਂ ਮੰਤਰੀ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕਿ ਕਦੋਂ ਤੱਕ ਕੋਈ ਸ਼ੋਰ ਕਰ ਦਿਓ ਸਾਨੂੰ ਕਿ ਕਦੋਂ ਤੱਕ ਇਹ ਜਿਹੜਾ ਕੰਮ ਆ ਸ਼ੁਰੂ ਕੀਤਾ ਜਾਵੇਗਾ। ਥੈਂਕ ਯੂ। ਹਾਂਜੀ ਮੰਤਰੀ ਜੀ।
ਇਹ ਪਿਛਲੇ ਜਿਹੜੇ ਕੰਮ ਵਿਗੜਿਆ ਜੀ ਪੁਰਾਣੀਆਂ ਸਰਕਾਰਾਂ ਦੇ ਠੀਕ ਕਰਾਂਗੇ, ਮਾਨਯੋਗ ਮੈਂਬਰ ਸਾਹਿਬ ਨੂੰ ਕਹਿੰਦੇ ਆ ਤੇ ਚੀਮਾ ਸਾਹਿਬ ਨੂੰ ਫੇਰ ਬੇਨਤੀ ਕਰ ਦਿੰਦੇ ਆ, ਚੀਮਾ ਸਾਹਿਬ ਦਿਓ ਪੈਸੇ ਤੇ ਕਰੀਏ ਠੀਕ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸ਼੍ਰੀ ਸੰਦੀਪ ਜਾਖੜ ਜੀ, ਪ੍ਰਸ਼ਨ 1286। ਸਰ ਜਵਾਬ ਆ ਗਿਆ, ਸਰਦਾਰ ਬਲਕਾਰ ਸਿੰਘ ਸਥਾਨਕ ਸਰਕਾਰ ਮੰਤਰੀ, ਜਵਾਬ ਆ ਗਿਆ ਹੈ, ਸਪਲੀਮੈਂਟਰੀ ਪੁੱਛ ਲਓ।